ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਰੋਡ ਦੇ ਕਿਨਾਰੇ ਆਪਣੇ ਟਰੈਕਟਰ ਖੜ੍ਹੇ ਕਰ ਜਿਹੜਾ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ WTO ਦਾ ਵਿਰੋਧ ਕਰ ਰਹੇ ਨੇ, MSP ਦੀ ਮੰਗ ਕਰ ਰਹੇ ਨੇ। ਹਰਿਆਣਾ ਪੰਜਾਬ ਦੇ ਬਾਰਡਰਾਂ 'ਤੇ ਕਿਸਾਨ ਪਿਛਲੇ 14 ਦਿਨਾਂ ਤੋਂ ਡਟੇ ਹੋਏ ਨੇ। ਤਸਵੀਰ ਤੁਸੀਂ ਦੇਖੋ, ਜਿੱਥੇ ਤੱਕ ਤੁਹਾਨੂੰ ਤਸਵੀਰ ਨਜ਼ਰ ਆਉਂਦੀ ਹੈ ਤਾਂ ਤੁਹਾਨੂੰ ਹਜ਼ਾਰਾਂ ਟਰੈਕਟਰ ਨੇ ਜਿਹੜੇ ਉਹ ਨਜ਼ਰ ਆਉਣਗੇ। ਇਹ ਸਿਰਫ ਸੰਗਰੂਰ ਤੋਂ ਲੈ ਕੇ ਖਨੌਰੀ ਤੱਕ ਤਕਰੀਬਨ 45 ਕਿਲੋਮੀਟਰ ਲੰਮਾ ਜਿਹੜਾ ਇਹ ਕਾਫਲਾ ਹੈਗਾ ਜਿਹੜਾ ਕਿਸਾਨਾਂ ਨੇ ਖੜ੍ਹਾ ਕੀਤਾ ਹੈਗਾ ਆਪਣੇ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਵੱਲੋਂ ਖਾਸ ਤੌਰ 'ਤੇ ਟ੍ਰੈਫਿਕ ਦਾ ਧਿਆਨ ਰੱਖਿਆ ਗਿਆ, ਟ੍ਰੈਫਿਕ ਨੂੰ ਕੋਈ ਦਿੱਕਤ ਨਾ ਆਵੇ। ਇਸ ਲਈ ਜਿਹੜੀ ਚਿੱਟੀ ਪੱਟੀ ਆ ਤੁਸੀਂ ਦੇਖੋ, ਵਾਈਟ ਪੱਟੀ ਦੇ ਦੂਸਰੇ ਪਾਸੇ ਜਿਹੜੇ ਟਰੈਕਟਰ ਨੇ ਉਹਨਾਂ ਨੇ ਉਹ ਆਪਣੇ ਖੜ੍ਹੇ ਕੀਤੇ ਗਏ ਨੇ। ਦੂਜੇ ਪਾਸੇ ਸਾਹਮਣੇ ਖਨੌਰੀ ਵੱਲ ਸਾਈਡ ਮੈਂ ਚਾਹੂੰਗਾ ਤਸਵੀਰ ਦਿਖਾਈ ਜਾਵੇ ਕੈਮਰਾਮੈਨ ਨੂੰ ਕਿ ਜਿਹੜਾ ਇਹ ਏਰੀਆ ਹੈਗਾ ਖਨੌਰੀ ਨੂੰ ਜਾਂਦਾ ਹੈਗਾ, ਖਨੌਰੀ ਤੱਕ ਇਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਟਰੈਕਟਰ ਨੇ ਜਿਹੜੇ ਉਹ ਰੋਡ ਦੇ ਕਿਨਾਰੇ ਲੱਗੇ ਹੋਏ ਨੇ, ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਵਿਰੋਧ ਆ ਉਹ ਜਿਤਾ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬੈਨਰ ਥੱਲੇ ਜਿਹੜਾ ਇਹ ਵੱਡਾ ਪ੍ਰਦਰਸ਼ਨ ਸੰਗਰੂਰ 'ਚ ਕੀਤਾ ਜਾ ਰਿਹਾ। ਸੰਗਰੂਰ ਦੇ ਵਿੱਚ ਸਭ ਤੋਂ ਵੱਡਾ ਕਾਫਲਾ ਹੈਗਾ। ਸਾਡੇ ਨਾਲ ਮਨਜੀਤ ਸਿੰਘ ਘਰਾਚੋਂ ਨੇ, ਕਿਸਾਨ ਨੇਤਾ ਨੇ, ਭਾਰਤੀ ਕਿਸਾਨ ਉਗਰਾਹ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਦਾ ਜਿਹੜਾ ਮਾਰਚ ਦੇਖ ਰਹੇ ਹਾਂ ਕਿ ਵਿਲੱਖਣ ਹੈ ਆਪਣੇ ਆਪ ਦੇ ਵਿੱਚ, ਤੁਸੀਂ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ, ਵਾਈਟ ਪੱਟੀ ਦੇ ਦੂਸਰੇ ਪਾਸੇ ਤੁਸੀਂ ਟਰੈਕਟਰ ਖੜ੍ਹੇ ਕੀਤੇ ਹੋਏ ਨੇ? ਵਾਈਟ ਪੱਟੀ ਦੇ ਅੰਦਰ ਤਾਂ ਟਰੈਕਟਰ ਖੜ੍ਹੇ ਨੇ ਵੀ ਸਾਡੇ ਜਿਹੜੇ ਯਾਤਰੀ ਨੇ ਜਾਂ ਲੰਘਣ ਵਾਲੇ ਬੰਦੇ ਨੇ ਉਹਨਾਂ ਨੂੰ ਕੋਈ ਤਕਲੀਫ ਨਾ ਆਵੇ, ਸਾਡਾ ਵੱਡੇ ਪੱਧਰ 'ਤੇ ਸਰਕਾਰਾਂ ਨੂੰ ਵਿਰੋਧ ਜਾਵੇ। ਜਿਹੜੇ ਅਯੋਗ ਘਰਾਣੇ ਇਸ ਕਿਰਤੀ ਲੋਕਾਂ ਦਾ ਖੂਨ ਪੀਣ ਵਾਸਤੇ ਵਿਦੇਸ਼ਾਂ ਦੇ ਵਿੱਚ ਮੀਟਿੰਗਾਂ ਧੜਾਧੜ ਚੱਲ ਰਹੀਆਂ ਨੇ ਅਤੇ ਸਾਡੀਆਂ ਸਬਸਿਡੀਆਂ ਦੇ ਉੱਤੇ ਵੱਡੇ ਕੱਟ ਲੱਗ ਰਹੇ ਨੇ, ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣ ਰਹੇ ਨੇ, ਉਹਨਾਂ ਦਾ ਡਟ ਕੇ ਵਿਰੋਧ ਕਰ ਸਕੀਏ ਅਸੀਂ? ਸਾਨੂੰ ਬਹੁਤ ਵੱਡੇ ਪੱਧਰ 'ਤੇ ਯਾਨੀ ਕਿ ਸਮਝ ਨਾਲ ਲੜਾਈ ਲੜਨੀ ਪਊਗੀ। ਅਸੀਂ ਬਹੁਤ ਵੱਡੀ ਤਾਕਤ ਨਾਲ ਲੜਾਈ ਲੜ ਰਹੇ ਹਾਂ। ਜਿੰਨੇ ਸਾਡੇ ਏਸ਼ੀਆ ਪੱਧਰ ਦੇ, ਵਿਸ਼ਵ ਪੱਧਰ ਦੇ ਯਾਨੀ ਕਿ ਬੁੱਧੀਜੀਵੀ ਲੋਕ ਹੈ, ਉਹ ਕਹਿੰਦੇ ਨੇ ਵੀ ਤੁਹਾਨੂੰ ਭਾਰਤ ਦੇ ਇਕੱਲੇ ਇਕੱਠੇ ਹੋ ਕੇ ਨਹੀਂ ਸਰਨਾ, ਵਿਸ਼ਵ ਪੱਧਰ ਦੇ ਕਿਸਾਨਾਂ ਨੂੰ, ਕਿਰਤੀ ਲੋਕਾਂ ਨੂੰ ਇਕੱਠੇ ਹੋਣਾ ਪਊਗਾ, ਨਹੀਂ ਤੁਹਾਨੂੰ ਇਹ ਚੂੰਡ ਕੇ ਖਾ ਲੈਣਗੇ। ਇਹ ਸਾਡੀ ਇਹੋ ਜਿਹੀ ਜੂਨ ਬਣਾਉਣੀ ਚਾਹੁੰਦੇ ਨੇ ਵੀ ਇਹੋ ਜਿਹੇ ਕਾਨੂੰਨ ਬਣਨ, ਇਹਨਾਂ ਤੋਂ ਜਿਹੜੀ ਕਿਰਤ ਇਹਨਾਂ ਦੀ ਖੋਹੀ ਜਾਵੇ, ਦੁਕਾਨਾਂ ਵਾਲਿਆਂ ਤੋਂ ਦੁਕਾਨਾਂ ਖੋਹੀਆਂ ਜਾਣ, ਗੱਡੀਆਂ ਵਾਲਿਆਂ ਤੋਂ ਗੱਡੀਆਂ ਖੋਹੀਆਂ ਜਾਣ, ਜਿੰਨਾ ਕਮਾਈ ਦਾ ਸਾਧਨ ਹੈ ਜ਼ਮੀਨਾਂ ਖੋਹੀਆਂ ਜਾਣ। ਇਹਨਾਂ ਨੂੰ ਸਿਰਫ ਅਤੇ ਸਿਰਫ 5 ਕਿਲੋ ਉਹਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਹੋਵੇ ਅਤੇ 5 ਕਿਲੋ ਨਾਜ ਇਹਨਾਂ ਦੇ ਘਰੇ ਉੱਪੜਦਾ ਕਰ ਦਈਏ, ਉਹੀ ਪ੍ਰਧਾਨ ਮੰਤਰੀ ਬੋਲ ਰਿਹਾ, ਉਹੀ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਘਰਾਂ 'ਚ ਵੰਡ ਰਿਹਾ। ਇੱਕ ਸਮੇਂ ਦੀ ਰੋਟੀ ਦੀ ਇਹਨਾਂ ਦੀ ਸਕੀਮ ਹੈ ਵੀ ਇੱਕ ਟਾਈਮ ਇਹਨਾਂ ਨੂੰ ਰੋਟੀ ਮਿਲੇ, ਜੇ ਇਹਨਾਂ ਨੇ ਸ਼ਾਮ ਦੀ ਖਾਲੀ ਤਾਂ ਤੜਕੇ ਦੀ ਵੱਡੀ ਚਿੰਤਾ ਖੜੀ ਹੋ ਜਾਏ। ਇਹ ਹੋਊਗੀ ਜੇ ਸਾਥੋਂ ਕਿਰਤ ਖੁੱਸ ਗਈ, ਜ਼ਮੀਨ ਖੁੱਸ ਗਈ, ਇਹ ਹੋ ਜਾਣਾ। ਉੱਧਰ ਨੂੰ ਇਹ ਗੱਲ ਜਾ ਰਹੇ ਨੇ, ਉਹਨੂੰ ਬਚਾਉਣ ਵਾਸਤੇ ਭਾਰਤ ਦਾ ਕਿਰਤੀ ਜਿਹੜਾ ਕਿਸਾਨ ਹੈ ਅੱਜ ਹੋਰ ਮਜ਼ਦੂਰ ਹੈ ਉਹ ਲੜ ਰਿਹਾ। ਇੱਥੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਕੋਈ ਨਹੀਂ, ਸਾਡੀਆਂ ਕਈ ਸਟੇਟਾਂ ਦੀਆਂ ਯਾਨੀ ਕਿ ਬਾਹਰਲੇ ਦੇਸ਼ਾਂ ਨੂੰ ਨੌਜਵਾਨ ਉੱਡੀ ਜਾਂਦੇ ਹੈ, ਉਹ ਯਾਨੀ ਕਿ ਕਿੰਨਾ ਕੁ ਚਿਰ ਉੱਡਣਗੇ? ਉਹ ਰਸਤੇ ਬੰਦ ਹੋਣਗੇ, ਆਖਰ ਨੂੰ ਇਸ ਦੇਸ਼ ਦੇ ਅੰਦਰ ਕੁਛ ਮੰਗ ਕਰਨਗੇ। ਸਾਡੇ ਦੇਸ਼ ਦੀ ਹਾਲਤ ਹੈ ਜਿਹੜੀ ਉਹ ਠੀਕ ਨਹੀਂ, ਸਾਡੀਆਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਦੇ ਨਾਲ ਕਿ ਸਮਾਂ ਰਹਿੰਦਾ ਦੇਖ ਲੈਣਾ ਚਾਹੀਦਾ ਸਰਕਾਰਾਂ ਨੂੰ, ਅਗਰ ਹਾਲਾਤ ਵਿਗੜ ਸਕਦੇ। ਜੇ ਨਾ ਦੇਖਿਆ ਹਾਲਤ ਵਿਗੜ ਗਈ, ਜੇ ਤੁਸੀਂ ਇਹ ਮੰਨ ਲਓ ਵੀ ਥੱਲੇ ਹੱਥ ਕਰ ਲਿਆ ਤੁਸੀਂ ਡਲਾ ਚੱਕੋਗੇ, ਡਲੇ ਵਾਲੇ ਹੱਥ 'ਚ ਕਿਤੇ ਨਾ ਕਦੇ ਬਹੁਤ ਵੱਡੇ ਪੱਧਰ 'ਤੇ ਇਸ ਦੇਸ਼ ਦਾ ਨੁਕਸਾਨ ਹੋਊਗਾ। ਗੋਲੀਆਂ ਮਾਰ ਕੇ ਨਾ ਕਦੇ ਇਹ ਲੋਕ ਦਵੇ ਹੈ, ਇਹ ਫਿਰ ਭੁੱਖਾ ਮਰਨ ਨਾਲੋਂ ਛਾਤੀਆਂ 'ਚ ਗੋਲੀਆਂ ਖਾ ਕੇ ਮਰਨਾ ਪਸੰਦ ਕਰਨਗੇ। ਬਾਰਡਰਾਂ ਦੇ ਉੱਤੇ ਦੇਖੀ ਇਹਨਾਂ ਨੇ ਜ਼ਬਰਦਸਤ ਧਰਨਾ ਪਹਿਲਾਂ ਚੱਲਿਆ, ਉਦੋਂ 750 ਕਿਸਾਨ ਆਪਣੀ ਜਾਨ ਗਵਾ ਚੁੱਕਿਆ, ਹੁਣ 14ਵੇਂ ਦਿਨ 'ਚ ਧਰਨਾ ਸ਼ਾਮਿਲ ਆ, ਕਈ ਕਿਸਾਨਾਂ ਦੀ ਉੱਥੇ ਮੌਤ ਹੋਈ, ਇੱਕ ਕਿਸਾਨ 'ਤੇ ਗੋਲੀ ਲੱਗੀ। ਜਿਹੜੇ ਕਿਸਾਨ ਪਹਿਲਾਂ ਦਿੱਲੀ ਬਾਰਡਰ 'ਤੇ 13 ਮਹੀਨਿਆਂ ਦੇ ਵਿੱਚ ਮਰੇ ਨੇ, ਉਹ ਹਾਲਤ ਕੁਛ ਹੋਰ ਤੀ। ਜਿਹੜੇ ਹੁਣ ਹੈ, ਹੁਣ ਤਾਂ ਸਾਡੀ ਸਰਕਾਰ ਨੇ, ਸਾਡੇ ਰਾਜ ਕਰਦੇ ਲੋਕਾਂ ਨੇ, ਤਿੰਨੇ ਸਰਕਾਰਾਂ ਨੇ ਰਲ ਕੇ ਜਿਹਦੇ ਵਿੱਚ ਭਾਰਤ ਦੀ ਸੈਂਟਰ ਦੀ ਸਰਕਾਰ ਮਰਾਉਣ 'ਚ ਹੈ,
ਅਤੇ ਹਰਿਆਣੇ ਦੀ ਸਰਕਾਰ ਮਾਰਨ 'ਚ ਹੈ, ਪੰਜਾਬ ਦੀ ਸਰਕਾਰ ਨੇ ਜਗ੍ਹਾ ਦਿੱਤੀ ਆ ਬੰਦੇ ਮਰਨ ਵਾਸਤੇ। ਪੰਜਾਬ 'ਚ ਆ ਕੇ ਉਹਨਾਂ ਨੇ ਬੰਦਿਆਂ ਨੂੰ ਮਾਰਿਆ ਅਤੇ ਚੱਕ ਕੇ ਲੈ ਗਏ। ਬਹੁਤ ਨੌਜਵਾਨ ਨੇ ਜਿਹੜੇ ਹਜੇ ਹੋਸਪਿਟਲਾਂ 'ਚ ਨੇ, ਜਿਨ੍ਹਾਂ ਨੂੰ ਚੂਰਾ ਕਰ ਦਿੱਤਾ ਕੁੱਟ ਕੇ। ਇਹਦਾ ਜਵਾਬ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਮੰਗਣਗੇ। ਇਹ ਜਾਣੀ ਕਿ ਗੰਭੀਰ ਗੱਲ ਹੈ ਸਾਡੇ ਲਈ। ਇਹ ਉਸ ਅਯੋਗ ਅਦਾਰਿਆਂ ਦੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ, ਉਹਨਾਂ ਦੇ ਕਹਿਣ 'ਤੇ ਜਾਣੀ ਕਿ ਸਾਨੂੰ ਮਾਰਿਆ ਜਾ ਰਿਹਾ। ਇਹ ਸਰਕਾਰਾਂ ਨੂੰ ਭੁਗਤਣਾ ਪਊਗਾ ਆਉਣ ਵਾਲੇ ਸਮੇਂ 'ਚ। ਕਾਫਲਾ ਜਿਹੜਾ ਤੁਹਾਡਾ 45-45 ਕਿਲੋਮੀਟਰ ਦਾ ਏਰੀਆ ਬਣਦਾ, ਇੱਥੇ ਕਿੰਨਾ ਕੁ ਟਰੈਕਟਰ ਇੰਨੀ ਜਗ੍ਹਾ ਦੇ ਵਿੱਚ ਖੜਾ? ਦੇਖੋ ਹਜੇ ਟਰੈਕਟਰ ਆ ਕੇ ਲੱਗ ਰਹੇ ਹੈ, ਬਹੁਤ ਵੱਡਾ ਕਾਫਲਾ ਹੋਊਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ, ਜਿਹੜਾ ਸੰਗਰੂਰ ਜ਼ਿਲ੍ਹੇ ਦਾ ਇਕੱਲਾ ਇਹ ਪੰਜਾਬ ਦਾ ਨਹੀਂ ਹੈਗਾ, ਇਕੱਲੇ ਸੰਗਰੂਰ ਜ਼ਿਲ੍ਹੇ ਦਾ। ਬਹੁਤ ਲੰਬਾ ਕਾਫਲਾ, ਗੱਡੀ ਬਹੁਤ ਸਮੇਂ 'ਚ ਮੁੜਦੀ ਹੈ ਜਾ ਕੇ। ਲੱਗਦਾ ਕਿ ਹੁਣ ਤੱਕ ਦੇ ਪ੍ਰਦਰਸ਼ਨਾਂ ਦੇ ਰੂਪ ਦੇ ਵਿੱਚ ਵੀ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਪ੍ਰਦਰਸ਼ਨ ਹੈ, ਸਭ ਤੋਂ ਵੱਡੀ ਗਿਣਤੀ। ਇੱਥੋਂ ਹੀ ਹਿਸਾਬ ਲਾਉਣਾ ਚਾਹੀਦਾ ਸਰਕਾਰ ਨੂੰ ਵੀ ਇਹ ਨੌਜਵਾਨ ਨੇ ਜਿਹੜੇ ਇਹ ਨਵੀਂ ਕਾਲ 'ਤੇ ਕਿਉਂ ਨਿਕਲਦੇ ਨੇ, ਛਾਤੀ 'ਚ ਗੋਲੀਆਂ ਖਾਣ ਨੂੰ ਨੌਜਵਾਨ ਪੰਜਾਬ ਦਾ ਮਰਨ ਨੂੰ ਕਿਉਂ ਤਿਆਰ ਹੈ? ਇਹ ਇੱਕ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਆ। ਬਹੁਤ ਵੱਡੇ ਪੱਧਰ 'ਤੇ ਮੈਂ ਇੱਕ ਜੰਮੂ ਕਸ਼ਮੀਰ ਦੀ ਇੱਕ ਖਬਰ ਦੇਖ ਰਿਹਾ ਸੀਗਾ, ਇੱਕ ਪ੍ਰੋਫੈਸਰ ਸਟੇਨ ਗਨ ਕਿਉਂ ਚੱਕਦਾ? ਜਿਹੜੇ ਪ੍ਰੋਫੈਸਰ ਨੂੰ ਦਿੱਲੀ ਦੇ ਅੰਦਰ ਨੌਕਰੀ ਮਿਲ ਚੁੱਕੀ ਹੈ, ਇਹੋ ਜਿਹੀਆਂ ਮਜਬੂਰੀਆਂ ਸਾਡੀਆਂ ਸਰਕਾਰਾਂ ਕਿਉਂ ਬਣਾਉਂਦੀਆਂ ਨੇ? ਅੱਜ ਸੋਚਣਾ ਚਾਹੀਦਾ ਵੀ ਆਪਣੇ ਪੰਜਾਬ ਦਾ ਨੌਜਵਾਨ ਹੈ ਜਿਹੜਾ, ਉਹ ਛਾਤੀਆਂ 'ਚ ਗੋਲੀਆਂ ਖਾ ਕੇ ਮਰਨ ਨੂੰ ਕਿਉਂ ਤਿਆਰ ਹੈ? ਇਹ ਗੰਭੀਰ ਗੱਲ ਆ, ਸਰਕਾਰ ਨੂੰ ਸੋਚਣਾ ਚਾਹੀਦਾ, ਆਉਣ ਵਾਲੇ ਸਮੇਂ 'ਚ ਭੁਗਤਣੀਆਂ ਪੈਣਗੀਆਂ। ਕਿਉਂਕਿ ਕਾਫੀ ਵੱਡੀਆਂ ਗੱਲਾਂ ਮਨਜੀਤ ਸਿੰਘ ਨੇ ਜਿਹੜੀਆਂ ਕਹੀਆਂ ਨੇ, ਕਿਉਂ ਕਹਿ ਰਹੇ ਨੇ ਕਿ ਜਦੋਂ ਹਜ਼ਾਰਾਂ ਟਰੈਕਟਰ ਪਹਿਲਾਂ ਹੀ ਬਾਰਡਰਾਂ ਦੇ ਉੱਪਰ ਖੜ੍ਹੇ ਨੇ ਅਤੇ ਦੂਸਰੇ ਪਾਸੇ ਹੁਣ ਹਜ਼ਾਰਾਂ ਹੀ ਟਰੈਕਟਰ ਲੈ ਕੇ ਕਿਸਾਨ ਅੱਜ ਫਿਰ ਦੇਸ਼ ਭਰ ਦੇ ਵਿੱਚ ਖਾਸ ਤੌਰ ਦੇ ਉੱਪਰ ਪੰਜਾਬ ਦੇ ਵਿੱਚ ਵੱਡੇ ਪ੍ਰਦਰਸ਼ਨ ਨੇ ਜਿਹੜੇ ਉਹ ਸ਼ਾਂਤੀਪੂਰਨ ਤਰੀਕੇ ਦੇ ਨਾਲ ਕਰ ਰਹੇ ਨੇ। ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਬੁੱਲਰ, ਪੰਜਾਬ ਤੱਕ, ਸੰਗਰੂਰ।